ਦੈਨਿਕ ਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਘ ਦਿਖਪਾਲ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜਿਹੜਾ ਕਿ ਜ਼ੋਰ ਲਗਾਇਆ ਜਾ ਰਿਹਾ। ਗੱਲ ਜੇਕਰ ਪਿੰਡਾਂ ਦੀ ਕਰੀਏ ਤਾਂ ਪਿੰਡਾਂ ਦੇ ਵਿੱਚ ਜਿੱਥੇ ਭਾਜਪਾ ਦਾ ਵਿਰੋਧ ਹੋ ਰਿਹਾ ਤਾਂ ਉੱਥੇ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ। ਤਾਂ ਵਿਧਾਨ ਸਭਾ ਹਲਕਾ ਗਿੱਲ ਦੇ ਵਿੱਚ ਮੌਜੂਦ ਹਾਂ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ। ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਹਲਕਾ ਵਿਧਾਇਕ ਜਿਵੇਂ ਸਿੰਘ ਸੰਘੋਵਾਲ ਦੀ ਅਗਵਾਈ ਦੇ ਵਿੱਚ ਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਹੱਕ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰ ਲੈਂਦੇ ਹਾਂ। ਪੱਪੀ ਜੀ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਜਿਵੇਂ ਕਹਿ ਕੇ ਭਾਜਪਾ ਦਾ ਲਗਾਤਾਰ ਵਿਰੋਧ ਹੋ ਰਿਹਾ ਤਾਂ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ, ਕਿਵੇਂ ਦੇਖਦੇ ਹੋ? ਦੇਖੋ, ਸੰਘੋਵਾਲ ਦਾ ਹਲਕਾ ਗਿੱਲ ਬਹੁਤ ਵੱਡਾ ਵਾ, ਪਰ ਐਡਾ ਵੱਡਾ ਹਲਕਾ ਹੋਣ ਦੇ ਬਾਵਜੂਦ ਜਿਹੜੇ ਪਿੰਡਾਂ 'ਚ ਜਾਂਦੇ ਆ ਸਾਰੇ ਹੀ ਸਤਿਕਾਰਯੋਗ ਬਹੁਤ ਵੱਡਾ ਮਾਣ ਦਿੰਦੇ ਆ, ਕਿਉਂਕਿ ਸੰਘੋਵਾਲ ਮਿਹਨਤੀ MLA ਆ, ਮਿਹਨਤ ਕਰਦਾ ਵਾ। ਹਰ ਪਿੰਡ ਦੇ ਵਿੱਚ ਜੋ ਸਰਪੰਚ ਸਾਹਿਬਾਨ, ਪੰਚ ਸਾਹਿਬਾਨ, ਸਾਰੀਆਂ ਪੰਚਾਇਤਾਂ ਸਭ ਹੱਥਾਂ 'ਤੇ ਚੱਕਦੇ ਆ ਔਰ ਬਹੁਤ ਪਿਆਰ ਦੇ ਰਹੇ ਆ। ਕਿਤੇ ਕਿਤੇ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਵਾ ਪੰਜਾਬ 'ਚ ਕਈ ਥਾਵਾਂ? ਨਹੀਂ, ਸਾਡਾ ਤਾਂ ਕੋਈ ਵਿਰੋਧ ਕਰਦਾ ਹੀ ਨਹੀਂ, ਸਾਡਾ ਤਾਂ ਪਿਆਰ ਦੇ ਰਹੇ ਆ ਲੋਕ। ਵਿਰੋਧ ਤਾਂ ਉਹਨਾਂ ਦਾ ਹੀ ਕਰਦਾ ਜਿਨ੍ਹਾਂ ਨੇ ਆਪ ਹੀ ਕੰਢੇ ਬੀਜੇ ਆ, ਹੁਣ ਆਪ ਹੀ ਚੁੱਕਦੇ ਫਿਰਦੇ ਆ, ਹੁਣ ਉਹਨਾਂ ਦਾ ਹੀ ਵਿਰੋਧ ਹੋਣਾ। ਸਾਡਾ ਕਾਹਦਾ ਵਿਰੋਧ ਹੋਣਾ? ਅਸੀਂ ਤਾਂ ਜੋ ਕਿਹਾ ਉਹ ਕਰ ਰਹੇ ਹਾਂ, ਜੋ ਕਰਾਂਗੇ ਉਹ ਲੋਕਾਂ ਨੂੰ ਦੱਸਾਂਗੇ ਵੀ ਆਹ ਕੀਤਾ ਵਾ। ਭਾਪੀ ਕੀ ਲੱਗਦਾ ਇਸ ਵਾਰੀ 2022 ਦੇ ਨਾਲੋਂ ਵੋਟਾਂ ਵਧਣਗੀਆਂ ਪਿੰਡਾਂ ਦੇ ਵਿੱਚੋਂ ਜਾਂ ਫਿਰ ਘਟਣਗੀਆਂ? ਕਿਵੇਂ ਦਾ ਮਾਹੌਲ ਹੈ ਪਿੰਡਾਂ ਦੇ ਵਿੱਚ ਲਗਾਤਾਰ ਤੁਸੀਂ ਵਿਚਰ ਰਹੇ ਹੋ, ਲੋਕਾਂ ਦੀ ਨਬਜ਼ ਟੋਲੀ ਹੈ, ਕੀ ਕਹਿੰਦੇ ਨੇ ਲੋਕ? ਦੇਖੋ, ਸੰਘੋਵਾਲ ਦੇ ਏਰੀਏ ਦੇ ਵਿੱਚ ਮੈਂ ਆਇਆ ਅੱਜ, ਹਰ ਪੰਚਾਇਤ ਆ ਤੁਹਾਡੇ ਸਾਹਮਣੇ, ਪਿੰਡ ਦੇ ਮੌਜੂਦ ਬੰਦੇ ਬੋਲਦੇ ਹੋਏ ਇਹੀ ਕਹਿ ਕੇ ਹਟੇ ਆ ਵੀ ਸੰਘੋਵਾਲ ਨੂੰ ਵੱਧ ਵੋਟਾਂ ਪਾਉਣੀਆਂ ਐਤਕੀ। ਦੇਖ ਲਓ ਵੀ ਸੰਘੋਵਾਲ ਨੂੰ 92,000 ਪਈ ਸੀ, ਉਹ ਕਹਿੰਦੇ ਐਤਕੀ 1.5 ਲੱਖ ਤੋਂ ਟਪਾਉਣਾ ਵਾ ਇੱਕ ਗਿੱਲ ਹਲਕੇ 'ਚੋਂ। ਮੁਕਾਬਲਾ ਮੰਨਦੇ ਹੋ ਵੀ ਲੁਧਿਆਣਾ ਦੇ ਵਿੱਚ ਮੁਕਾਬਲੇ ਜਿਹੜਾ ਕਿ ਦਿਲਚਸਪ ਹੁੰਦਾ ਹੋਇਆ ਨਜ਼ਰ ਆ ਰਿਹਾ? ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਜਿੱਥੇ ਇੱਕ ਦੂਜੇ ਦੇ ਹਮਲਾਵਰ ਹੁੰਦੇ ਨੇ ਅਤੇ ਇੱਕੋ ਸਟੇਜ 'ਤੇ ਇਕੱਠੇ ਵੀ ਨਜ਼ਰ ਆਉਂਦੇ ਨੇ। ਦੇਖੋ, ਨਹਿਲਾ ਅਤੇ ਦਹਿਲਾ ਬਣ ਕੇ ਕੰਮ ਕਰ ਰਹੇ ਆ ਦੋਨੇ, ਉਹਨਾਂ ਨੂੰ ਇਹ ਦੱਸ ਦਿਉ ਵੀ ਨਹਿਲੇ ਅਤੇ ਦਹਿਲੇ ਤੋਂ ਵੱਡਾ ਯੱਕਾ ਵੀ ਹੁੰਦਾ ਵਾ, 1 ਤਰੀਕ ਨੂੰ ਦੇਖ ਜਾਣਾ ਉਹਨਾਂ ਨੂੰ। ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਨੇ, ਇੱਕ ਮੰਗ ਪੱਤਰ ਦਿੱਤਾ, ਕਹਿੰਦੇ ਵੀ ਐਡਵੋਕੇਟ ਜਰਨਲ ਨੇ ਕੋਰਟ ਦੇ ਵਿੱਚ ਇਹ ਕਿਹਾ ਕਿ ਪੰਜਾਬ ਦੇ ਵਿੱਚ ਟੈਰਰਿਜ਼ਮ ਜਿਹੜਾ ਕਿ ਪੈਰ ਪਸਾਰ ਰਿਹਾ, ਕਿਵੇਂ ਦੇਖੋ? ਦੇਖੋ, ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਦਾ ਰਸੂ ਕੀਤਾ, ਇਹਨਾਂ ਨੇ ਪੰਜਾਬੀਆਂ ਨੂੰ ਹਮੇਸ਼ਾ ਅੱਗ ਦੀ ਭੱਠੀ 'ਚ ਝੋਕਿਆ। ਇਹ ਭਾਜਪਾ ਵਾਲਿਆਂ ਨੂੰ ਕਹੋ ਸ਼ਾਂਤੀ ਦਾ ਮਾਹੌਲ ਆ, ਤੁਸੀਂ ਹੁਣ 8,000 ਕਰੋੜ ਰੁਪਈਆ ਸਾਡੇ ਪੰਜਾਬੀਆਂ ਦਾ ਹੱਕ ਰੱਖੀ ਬੈਠੇ ਹੋ, ਹੁਣ ਤੁਹਾਨੂੰ ਇਹ ਨਹੀਂ ਇਹ ਮਹਿਸੂਸ ਹੋ ਰਿਹਾ ਵੀ ਭਗਵੰਤ ਸਿੰਘ ਮਾਨ ਸਰਕਾਰ ਜਿਹੜੀ ਆ ਉਹ ਸਾਡੇ ਲਈ ਸਦਾ ਲਈ ਸਾਨੂੰ ਆਊਟ ਕਰ ਰਹੀ ਹੈ, ਤਾਂ ਇਹੋ ਜਿਹੇ ਕੰਢੇ ਬੀਜ ਰਹੇ ਆ ਜਾਖੜ ਸਾਹਿਬ? ਉਹਨਾਂ ਕੋਲ ਰਹਿਮ ਕਰੋ, ਅੱਗੇ ਪੰਜਾਬ ਨੇ ਬਹੁਤ ਸੰਤਾਪ ਹੋ ਗਿਆ, ਹਜੇ ਤੱਕ ਕਰਜ਼ੇ ਨਹੀਂ ਲੱਥੇ ਪੰਜਾਬ ਦੇ ਇਹਨਾਂ ਲੋਕਾਂ ਦੇ, ਕਾਂਗਰਸ ਦੇ ਕੰਢੇ ਬੀਜੇ ਹੋਏ ਅਤੇ ਭਾਜਪਾ ਦੇ ਕੰਢੇ ਬੀਜੇ ਹੋਏ, ਇਸ ਕਰਕੇ ਰਹਿਮ ਕਰੋ, ਗੁਰੂਆਂ ਪੀਰਾਂ ਦੀ ਧਰਤੀ ਆ, ਤੁਸੀਂ ਇਹ ਸਿਆਸਤਾਂ ਛੱਡ ਦਿਓ ਇੱਥੇ ਪੰਜਾਬ 'ਤੇ ਕਰਨੀ। ਲੁਧਿਆਣੇ ਦੇ ਵਿੱਚ ਵੱਡੀਆਂ ਰੈਲੀਆਂ ਹੋਣ ਜਾ ਰਹੀਆਂ, ਕਿਹਾ ਜਾ ਰਿਹਾ ਕਿ ਦੇਸ਼ ਪ੍ਰਧਾਨ ਮੰਤਰੀ ਮੋਦੀ ਉਹ ਵੀ ਇੱਥੇ ਆਉਣਗੇ, ਅਮਿਤ ਸ਼ਾਹ ਵੀ ਆਉਣਗੇ, ਜੋਗੀ ਵੀ ਆ ਕੇ ਇੱਥੇ ਰੈਲੀ ਕਰ ਸਕਦੇ, ਕਿਵੇਂ ਦੇਖਦੇ ਹੋ? 8,000 ਕਰੋੜ ਰੁਪਈਆ ਲੈ ਕੇ ਆਉਣ ਜੇ ਪੰਜਾਬ 'ਚ ਵੋਟਾਂ ਮੰਗਣ ਆਉਣਾ, ਪੰਜਾਬੀਆਂ ਦਾ ਹੱਕ ਰੱਖ ਕੇ ਅਤੇ ਇੱਥੋਂ ਵੋਟਾਂ ਭਾਲਦੇ ਆ ਉਹ ਪੰਜਾਬੀਆਂ ਦੇ, ਜਿਹੜਾ 8,000 ਕਰੋੜ ਰੁਪਈਆ ਦੇਣਾ ਮੋਦੀ ਅਤੇ ਜੋਗੀ ਦੇ ਸਾਰੇ ਲੈ ਕੇ ਆਉਣ ਅਮਿਤ ਸ਼ਾਹ, ਫਿਰ ਅਸੀਂ ਕਹਾਂਗੇ ਵੀ ਹਾਂ ਮੰਗੋ ਵੋਟਾਂ। ਪੰਜਾਬੀਆਂ ਨਾਲ ਕਰਦੇ ਧੱਕਾ ਹੋ, ਮਤ ਦਾ ਦਾਨ ਪੰਜਾਬੀਆਂ ਦਾ ਮੰਗਦੇ ਹੋ, ਇਹ ਪੰਜਾਬੀ ਆ, ਇਹਨਾਂ ਨੂੰ ਸਮਝ ਨਹੀਂ ਹੈਗੀ, ਇਹ ਆਪ ਹੀ ਦੱਸ ਦੂਗੇ 1 ਤਰੀਕ ਨੂੰ ਵੀ ਭਾਜਪਾ ਦਾ ਇੱਥੇ ਕੀ ਸਟੈਂਡ ਕਿੱਥੇ ਕਰਦੀ ਹੈ। ਪੰਜਾਬ ਦੀ ਗੱਲ ਕਰੀ ਜਾਂ ਲੁਧਿਆਣੇ ਦੀ ਗੱਲ ਕਰੀ, ਭਾਜਪਾ ਸਟੈਂਡ ਕਿੱਥੇ ਕਰਦੀ? ਭਾਜਪਾ ਸਟੈਂਡ ਕਰਦੀ ਹੈ 13-0 'ਤੇ, ਐਤਕੀ ਜਦੋਂ ਪੰਜਾਬੀਆਂ ਨੇ ਕਰ ਦੇਣੀ ਆ 13-0, ਭਗਵੰਤ ਮਾਨ ਨੇ ਬਣ ਜਾਣਾ ਪੰਜਾਬ ਦਾ ਹੀਰੋ,
ਮੋਦੀ ਨੇ ਸੈਂਟਰ 'ਚ ਬਣ ਜਾਣਾ ਜ਼ੀਰੋ। ਸਟੈਂਡ ਉਹਨਾਂ ਦਾ ਬਿਲਕੁਲ ਇਹ ਸਨ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਜੋ ਭਾਜਪਾ ਉੱਤੇ ਚੰਦ ਕੱਸਦੇ ਹੋਏ ਨਜ਼ਰ ਆਏ ਨੇ। ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦੀਪਾਲ ਦੈਨਿਕ ਸਵੇਰਾ ਸੰਘੋਵਾਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।